जलील हो गया यार, खुआर हो गया, मैं केड़ी जलालत च पै गया। लोकी ते व्याह करके ते लोकी व्याह करके ते खुशी महसूस करदे ने ते मेरा ते मेरा ते खाना खराब हो गया, मैं केड़े जलालत च पै गया। मैं ते कोई समझ नहीं आती कोई, मैं ते बड़ा ही परेशान हो गया। केड़ी मुसीबत मेरे गल पै गई है, मैं ते कोई समझ नहीं आ रही। यार गल ते दस, परेशान लग रहे जे मैनू यार, परेशान की होना है गल दस की मसला की यार, गल की होनी हल कढ देने तानू यार, की गल करनी उस्ताद जी की हो गया जी, अशरफ साहब की हो गया जे, हौसला रखो। मतलब है कि यार औरत मैं यार एक दिल करदा है तेन दसा, एक दा दिल करदा है तेन ना दसा, घर दी गल है ਟੇਢ ਤੋਂ ਕਪੜਾ ਚੁੱਕੀਏ ਤੇ ਟੇਢ ਆਪਣਾ ਹੀ ਨੰਗਾ ਹੁੰਦਾ ਹੈ। ਗੱਲ ਤੁਹਾਡੀ ਸਹੀ ਹੈ ਤੇ ਉਹ ਕਹਿਣ ਦਾ ਮਤਲਬ ਹੈ ਕਿ ਮੈਂ ਤੇ ਉਹਨੂੰ ਮਾਰ ਦੇਣਾ ਹੈ। ਨਾ ਨਾ ਯਾ ਕਹਿਣ ਦਾ ਮਤਲਬ ਹੈ ਮੈਂ ਆਪ ਮਰ ਜਾਣਾ ਹੈ। ਮੈਂ ਉਹ ਨਾ ਨਾ ਖੁਦਕੁਸ਼ੀ ਆਰਾਮ ਹੈਗਾ ਜੇ, ਤੇ ਕਤਲ ਦਾ ਪਰਚਾ ਬੜਾ ਵੱਡਾ ਜੇ ਯਾ, ਐਵੇਂ ਜ਼ਿੰਦਗੀ ਆਪਣੀ ਕਿਉਂ ਤੇ ਬਾ ਕਿਹਨੂੰ ਮਾਰ ਦੇਣਾ, ਗੱਲ ਤੇ ਦੱਸੋ ਆਪਾਂ ਹੱਲ ਕੱਢ ਲੈਣੇ ਆ ਗੱਲ ਦਾ। ਮੈਂ ਸ਼ਾਦੀ ਕੀਤੀ ਏ ਤੇ ਬੱਚਾ ਕਿੰਨੀ ਦੇਰ ਬਾਅਦ ਹੁੰਦਾ ਹੈ? ਬੱਚਾ ਪੂਰੀ ਦੁਨੀਆ ਨੂੰ ਪਤਾ 9 ਮਹੀਨੇ ਬਾਅਦ ਹੁੰਦਾ ਤੇ ਇਹ 3 ਮਹੀਨੇ ਬਾਅਦ, ਕਹਿਣ ਦਾ ਮਤਲਬ ਬੱਚਾ ਹੋ ਗਿਆ ਹੈ। 3 ਮਹੀਨੇ ਬਾਅਦ ਬੱਚਾ ਹੋ ਗਿਆ ਯਾਰ, ਮੈਂ ਕੀ ਕਰਾਂ ਯਾਰ, ਮੈਂ ਦਿਨ ਕਹਿਣਾ ਪਿਆਵਾਂ ਕਿ ਬੱਚਾ ਜਿਹੜਾ ਹੈ ਨਾ ਉਹਨੂੰ 3 ਮਹੀਨੇ ਸ਼ਾਦੀ ਨੂੰ ਹੋਏ ਨੇ ਤੇ ਬੱਚਾ ਉਹ ਹੋ ਗਿਆ ਹੈਗਾ, ਕਹਿਣ ਦਾ ਮਤਲਬ ਹੈ ਕਿ ਹੈ ਯਾਰ ਕੀ ਗੱਲ ਕਰ। ਮੈਂ ਤੇ ਉਹਨੂੰ ਤਲਾਕ, ਤੁਸੀਂ ਪਰੇਸ਼ਾਨ ਨਾ ਹੋਵੋ। ਤੁਹਾਡੇ ਵਿਆਹ ਨੂੰ ਕਿੰਨੀ ਦੇਰ ਹੋ ਗਈ? ਮੇਰੇ ਵਿਆਹ ਨੂੰ 3 ਮਹੀਨੇ ਹੋਏ ਨੇ। ਤੇ ਤੁਹਾਡੀ ਬੁੱਢੀ ਦੇ ਵਿਆਹ ਨੂੰ? ਉਹਦੇ ਵਿਆਹ ਨੂੰ ਵੀ 3 ਮਹੀਨੇ ਹੋਏ ਨੇ। 3 ਤੇ 3 ਕਿੰਨੇ ਹੋ ਗਏ? 6 ਹੋ ਗਏ। ਤੇ ਬੱਚਾ ਕਿੰਨੀ ਦੇਰ ਬਾਅਦ ਹੋਇਆ? ਬੱਚਾ 3 ਮਹੀਨੇ ਬਾਅਦ ਹੋਇਆ ਨਾ। 9 ਮਹੀਨੇ ਪੂਰੇ ਹੋ ਗਏ? ਆਹੋ। ਤੇ ਫਿਰ 9 ਮਹੀਨੇ ਬਾਅਦ ਹੀ ਹੁੰਦਾ ਤੇ 9 ਮਹੀਨੇ ਪੂਰੇ ਹੋ ਗਏ। ਯਾਰ ਤੂੰ ਤੇ ਮੈਨੂੰ ਬਚਾਈ ਦਾ ਯਾਰ, ਤੇਰੀ ਮਿਹਰਬਾਨੀ, ਤੂੰ ਤੇ ਵਾਕਈ ਯਾਰ ਬੰਦਾ ਮੈਨੂੰ ਸਮਝਾਈ ਦਾ ਕਿ ਇਹ 9 ਮਹੀਨੇ ਬਾਅਦ ਬੱਚਾ ਹੋਇਆ। ਮੈਂ ਤੇ ਯਾਰ ਕੋਈ ਗੱਲ ਨਹੀਂ, ਤੂੰ ਆਪਣਾ ਬਾਤ ਹੈ, ਮੈਂ ਤੇ ਇਹਨੂੰ ਰਾਤੀ ਮਾਰ ਦੇਣਾ ਸੀ। ਕਹਿੰਦਾ ਨਾ ਨਾ, ਇੰਜ ਨਹੀਂ ਹੁੰਦਾ, ਸਵੇਰੇ ਨਹੀਂ ਤੇ ਮੈਂ ਆਪ ਮਰਨ ਲਿਆ ਸਮਾਂ। ਮੈਂ ਤੇ ਕੋਈ ਝੂਠ ਨਹੀਂ ਯਾਰ, ਕਿਆ ਬਾਤ ਹੈ ਯਾਰ। ਓਕੇ ਓਕੇ, ਜਾ ਜਾ, ਅੱਲਾ ਤੁਹਾਨੂੰ ਓਕੇ।